ਸਾਰੇ ਧਰਮਾਂ ਦੇ ਗਿਆਨ ਲਈ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ। ਪਰ ਉਸ ਸਮੇਂ ਦੀ ਹਕੂਮਤ ਇਸ ਜੁਰਤ ਨੂੰ ਬਰਦਾਸ਼ਤ ਨਾ ਕਰ ਸਕੀ। ਆਲਮਪਨਾ ਉੱਠੇ ਹੋਏ ਸਿਰ ਜੇ ਅੱਜ ਹੀ ਕਲਮ ਨਾ ਕੀਤੇ ਗਏ ਤਾਂ ਬਗਾਵਤ ਕੱਲ ਨੂੰ ਦੁਬਾਰਾ ਵੀ ਹੋ ਸਕਦੀ ਹੈ। ਤੁਸੀਂ ਇਹ ਗਲਤ ਕਰ ਰਹੇ ਹੋ। ਅੱਲਾਹ ਦੇ ਬੰਦਿਆਂ ਨਾਲ ਇਹ ਸਲੂਕ ਠੀਕ ਨਹੀਂ ਹੈ। ਸਾਈਂ ਜੀ, ਕੀ ਠੀਕ ਹੈ ਤੇ ਕੀ ਠੀਕ ਨਹੀਂ ਹੈ ਇਹ ਤੇ ਬਾਦਸ਼ਾਹ ਜਾਣਦੇ ਨੇ। ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਦੋ ਤਲਵਾਰਾਂ ਬੱਚੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੋ ਤਲਵਾਰਾਂ ਬੱਚੀਆਂ, ਜਾਂ ਤਾਂ ਮਰ ਜਾਵਾਂਗੇ ਜਾਂ ਮਾਰ ਦੇਵਾਂਗੇ, ਪਰ ਗੁਰੂ ਸਾਹਿਬ ਨੂੰ ਵਾਪਸ ਲੈ ਕੇ ਆਵਾਂਗੇ। ਅੱਜ ਇਹਨਾਂ ਨੇ ਬਾਜ ਨੂੰ ਹੱਥ ਪਾਇਆ ਤੇ ਕੱਲ ਤਾਜ ਨੂੰ ਪਾਉਣਗੇ। ਹਰਗੋਬਿੰਦ ਨੂੰ ਰਿਹਾ ਕਰਕੇ ਬਾਦਸ਼ਾਹ ਨੇ ਬਹੁਤ ਵੱਡੀ ਗਲਤੀ ਕੀਤੀ ਆ। ਫੁੱਲਾਂ ਦੀ ਬਾਗਾਤ ਚਣ ਚਣ ਚਾਲੀਆਂ। ਮੁਗਲਾਂ ਨੇ ਅੰਮ੍ਰਿਤਸਰ ਤੇ ਚੜ੍ਹਾਈ ਕਰ ਦਿੱਤੀ ਆ। ਮੇਰੀ ਗੈਰ ਮੌਜੂਦਗੀ ਵਿੱਚ ਗੁਰੂ ਜੀ ਦਾ ਖਿਆਲ ਰੱਖਣਾ। ਘੋੜਿਆਂ ਨੂੰ ਲਿਆਉਣ ਲਈ ਮੈਨੂੰ ਕਿਸੇ ਫੌਜ ਦੀ ਲੋੜ ਨਹੀਂ, ਉਸ ਲਈ ਮੈਂ ਇਕੱਲਾ ਹੀ ਬਹੁਤ ਹਾਂ। ਕਿ ਘੋੜੇ ਅੱਜ ਰਾਤ ਭੁੱਖੇ ਨਹੀਂ ਸੌਣਗੇ। ਮੁਗਲਾਂ ਦੀ ਤਾਕਤ ਉਹਨਾਂ ਦੀ ਗਿਣਤੀ ਵਿੱਚ ਹੈ, ਸਾਡੀ ਤਾਕਤ ਸਾਡੇ ਜੋਸ਼ ਤੇ ਹਿੰਮਤ ਵਿੱਚ ਹੈ। ਹਰਗੋਬਿੰਦ, ਤੇਰਾ ਵਾਰ ਚੱਲਣ ਲਈ ਤਿਆਰ ਹੋ ਜਾ। ਵਿਧੀ ਚੰਦ ਸ਼ੀਨਾ, ਸੱਚੇ ਪਾਤਸ਼ਾਹ ਦਾ ਪਰਮ ਸੇਵਕ।